वाहिगुरु जी का खालसा, वाहिगुरु जी की फतेह। अमृतपाल सिंह एक बहुत ही मशहूर नाम है जो कि इन्हां दिनां विच बहुत ज़्यादा वायरल हो रहा है ते फेमस भी हो रहा है। उन्हां दे पिछे हजारां करोड़ां दी गिनती विच सिख संगत है जो कि उन्हां नूं पूरी तरह सपोर्ट कर रही है। पर इस दे नाल ही कुछ लोग दो धड़ां विच वंडे हुए हन। एक धिर दा मनना है कि इस चेहरे की सानूं तलाश सी, एक सानू राही मिल गया है जो सानू सच्चे रस्ते ते लैके चलेगा। साडे गुरुआं दा थापिया होया एक अजिहा राह जिथे कि हर सिख दा चलना जरूरी है। ते दूजे पासे लोग कह रहे ने कि ये अमृतपाल सिंह कित्थों आए हन ते क्यों आए हन, इस बारे सारिआं नूं जानण दी बहुत ज़्यादा लालसा है। सब तो पहला तो तुहानू दस दईए कि अमृतपाल सिंह ने अमृत छकिया है श्री आनंदपुर साहब तो, ਅਤੇ ਉਹਨਾਂ ਦਾ ਇੱਕ ਹੀ ਨਾਰਾ ਹੈ ਕਿ ਉਹਨਾਂ ਨੇ ਸਿੱਖ ਕੌਮ ਨੂੰ ਆਜ਼ਾਦ ਕਰਾਉਣਾ ਹੈ, ਗੁਲਾਮੀ ਦੀਆਂ ਜ਼ੰਜੀਰਾਂ ਵਿੱਚੋਂ ਛੁਟਕਾਰਾ ਦਿਵਾਉਣਾ ਹੈ। ਉਹਨਾਂ ਦਾ ਮਕਸਦ ਹੈ ਕਿ ਪੰਜਾਬ ਨੂੰ ਆਜ਼ਾਦ ਕਰਾਉਣਾ। ਇਸੇ ਕਰਕੇ ਹੀ ਉਹ ਆਪਣਾ ਕਾਰੋਬਾਰ ਛੱਡ ਕੇ ਦੁਬਈ ਤੋਂ ਵਾਪਸ ਆਏ ਹਨ। ਅਤੇ ਦੁਬਈ ਤੋਂ ਵਾਪਸ ਆਉਣ ਦਾ ਉਹਨਾਂ ਦਾ ਮੇਨ ਕਾਰਨ ਹੀ ਇਹੀ ਮੰਨਿਆ ਜਾ ਰਿਹਾ ਹੈ ਕਿ ਉਹ ਆਪਣੇ ਪੰਜਾਬ ਦੇ ਲੋਕਾਂ ਨੂੰ ਗੁਲਾਮ ਨਹੀਂ ਵੇਖ ਸਕਦੇ। ਹੁਣ ਗੱਲ ਕਰਦੇ ਹਾਂ ਉਹਨਾਂ ਦੇ ਪਿਛੋਕੜ ਦੀ। ਉਹਨਾਂ ਦਾ ਪਿਛੋਕੜ ਪਿੰਡ ਕਿਹੜਾ ਹੈ ਅਤੇ ਕਿੱਥੋਂ ਆਏ ਹਨ, ਇਹ ਸਭ ਜਾਣਨਾ ਬਹੁਤ ਜ਼ਰੂਰੀ ਹੈ। ਸਭ ਤੋਂ ਪਹਿਲਾਂ ਤਾਂ ਅੰਮ੍ਰਿਤਪਾਲ ਸਿੰਘ ਬਾਰੇ ਦੱਸ ਦਈਏ ਕਿ ਉਹ ਮਰਹੂਮ ਦੀਪ ਸਿੱਧੂ ਦੀ ਪਾਰਟੀ ਦੇ ਪ੍ਰਧਾਨ ਹਨ ਜੋ ਕਿ ਉਹਨਾਂ ਨੇ ਪਾਰਟੀ ਸ਼ੁਰੂ ਕੀਤੀ ਸੀ ਵਾਰਿਸ ਪੰਜਾਬ ਦੀ। ਅਤੇ ਇਹਨਾਂ ਦਾ ਜਨਮ ਅੰਮ੍ਰਿਤਸਰ ਦੇ ਪਿੰਡ ਜੱਦੋ ਖੇੜਾ ਵਿੱਚ ਹੋਇਆ। 18 ਸਾਲ ਦੀ ਉਮਰ ਵਿੱਚ 2012 ਵਿੱਚ ਦੁਬਈ ਚਲੇ ਗਏ। ਉੱਥੇ ਇਹਨਾਂ ਦਾ ਆਪਣੇ ਚਾਚੇ ਜੀ ਨਾਲ ਬਹੁਤ ਵੱਡਾ ਕਾਰੋਬਾਰ ਹੈ ਟਰੱਕ ਟਰਾਂਸਪੋਰਟ ਦਾ, ਜਿੱਥੇ ਕਿ ਇਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ। ਉੱਥੇ ਇਹਨਾਂ ਦੀ ਟਰਾਂਸਪੋਰਟ ਸੰਧੂ ਟਰਾਂਸਪੋਰਟ ਦੇ ਨਾਮ ਨਾਲ ਮਸ਼ਹੂਰ ਹੈ। 10 ਸਾਲ ਦੁਬਈ ਰਹਿਣ ਤੋਂ ਬਾਅਦ 2022 ਵਿੱਚ ਇਹਨਾਂ ਦੀ ਵਾਪਸੀ ਹੋਈ। ਇਹਨਾਂ ਨੇ 3 ਸਾਲ ਇੰਜੀਨੀਅਰਿੰਗ ਵੀ ਕੀਤੀ। ਸੁਭਾਅ ਬਹੁਤਾ ਮਿਲਣ ਜੁਲਣ ਵਾਲਾ ਨਹੀਂ ਹੈ, ਭਾਵ ਕਿ ਜ਼ਿਆਦਾ ਗੱਲਾਂ ਨਹੀਂ ਕਰਦੇ। ਕਿਤਾਬਾਂ ਨਾਲ ਪਿਆਰ ਨਹੀਂ ਹੈ ਪਰ ਸੁਣਨਾ ਬਹੁਤ ਪਸੰਦ ਹੈ, ਇਹਨਾਂ ਨੇ ਆਪਣੀਆਂ ਕਈ ਇੰਟਰਵਿਊਆਂ ਵਿੱਚ ਦੱਸਿਆ ਹੋਇਆ ਹੈ। ਇਹਨਾਂ ਦਾ ਇੱਕ ਹੀ ਮਕਸਦ ਹੈ ਕਿ ਆਪਣੇ ਪੰਜਾਬ ਨੂੰ, ਆਪਣੀ ਸਿੱਖ ਕੌਮ ਨੂੰ ਆਜ਼ਾਦ ਕਰਾਉਣਾ ਹੈ। ਅੱਜ ਦੇ ਦਿਨ ਰੋਡੇ ਪਿੰਡ ਵਿੱਚ 29 ਸਤੰਬਰ ਨੂੰ ਇੱਕ ਸਮਾਗਮ ਰੱਖਿਆ ਗਿਆ ਸੀ ਜਿਸ ਵਿੱਚ ਕਿ ਪੰਜਾਬ ਦੇ ਸਿੱਖ ਕੌਮ ਦੀਆਂ ਬਹੁਤ ਸਾਰੀਆਂ ਮਹਾਨ ਸ਼ਖਸੀਅਤਾਂ ਪਹੁੰਚੀਆਂ ਜਿਨ੍ਹਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਦੀ ਦਸਤਾਰਬੰਦੀ ਕੀਤੀ। ਭਾਈ ਅੰਮ੍ਰਿਤਪਾਲ ਸਿੰਘ ਤੋਂ ਇਹ ਸਿੱਖਿਆ ਲੈ ਸਕਦੇ ਹਾਂ ਕਿ ਆਉਣ ਵਾਲੀ ਪੀੜ੍ਹੀ ਕਿਹੜੇ ਪਾਸੇ ਜਾਵੇਗੀ, ਭਾਵ ਕਿ ਅਸੀਂ ਗੁਲਾਮ ਰਹਾਂਗੇ ਜਾਂ ਆਜ਼ਾਦ ਹੋ ਜਾਵਾਂਗੇ, ਇਹ ਸਭ ਆਉਣ ਵਾਲਾ ਸਮਾਂ ਦੱਸੇਗਾ। ਪਰ ਪਸੰਦ ਕਰਨਾ ਜਾਂ ਨਾ ਕਰਨਾ ਇਹ ਸਾਡੀ ਆਪਣੀ ਸੋਚ ਹੈ। ਅਸੀਂ ਕਿਸੇ ਨੂੰ ਕਿੱਥੋਂ ਤੱਕ ਪਸੰਦ ਕਰਨਾ ਹੈ ਇਹ ਸਾਡਾ ਖੁਦ ਦਾ ਮਸਲਾ ਹੈ, ਨਾ ਕਿ ਅਸੀਂ ਕਿਸੇ ਵੱਲ ਵੇਖ ਕੇ ਪਸੰਦ ਕਰਨਾ ਹੈ। ਦੀਪ ਸਿੱਧੂ ਵੀ ਇੱਕ ਮੰਨਿਆ ਪਰਮੰਨਿਆ ਚਿਹਰਾ ਸੀ ਜੋ ਕਿ ਸਿੱਖ ਭਾਈਚਾਰੇ ਵਾਸਤੇ ਹੀ ਅੱਗੇ ਉੱਠ ਕੇ ਆਇਆ ਸੀ। ਅਤੇ ਉਹਨਾਂ ਦੀ ਪਾਰਟੀ ਦਾ ਜੇਕਰ ਵਾਰਿਸ ਕੋਈ, ਭਾਵ ਕਿ ਉਹਨਾਂ ਦੀ ਪਾਰਟੀ ਵਾਰਿਸ ਪੰਜਾਬ ਦੀ ਦਾ ਜੇਕਰ ਕੋਈ ਅੱਗੇ ਅਜਿਹਾ ਸ਼ਖਸੀਅਤ ਜਾਂ ਚਿਹਰਾ ਨਿਕਲ ਕੇ ਸਾਹਮਣੇ ਆਉਂਦਾ ਹੈ ਜੋ ਇੱਕ ਚੰਗੀ ਸੇਧ ਦਿੰਦਾ ਹੈ ਨੌਜਵਾਨ ਪੀੜ੍ਹੀ ਨੂੰ, ਤਾਂ ਇਹ ਬਹੁਤ ਵਧੀਆ ਗੱਲ ਹੋਵੇਗੀ ਸਿੱਖ ਭਾਈਚਾਰੇ ਵਾਸਤੇ। ਬਹੁਤ ਬਹੁਤ ਧੰਨਵਾਦ ਜੀ।